ਇੱਥੇ ਮਾਰ ਰੋਡ ਦੇ ਸਕੂਲ 'ਚ ਕਰਵਾਇਆ ਜਾ ਰਿਹਾ ਹੈ। ਸੋ ਮੈਂ ਵੇਖ ਰਿਹਾ ਸੀਗਾ ਬੱਚਿਆਂ 'ਤੇ ਕਿੰਨਾ ਟੈਲੈਂਟ ਹੈ। ਅੱਜ ਮੇਨ ਜਿਹੜਾ ਫੰਕਸ਼ਨ ਹੈ ਇਹ ਜਿਹੜਾ ਕਲਚਰ ਐਕਟੀਵਿਟੀ 'ਤੇ ਆ। ਸੋ ਬੱਚਿਆਂ ਨੇ ਜਿਨ੍ਹਾਂ ਨੇ ਬਲਾਕ ਲੈਵਲ 'ਤੇ ਹੁਣ ਡਿਸਟ੍ਰਿਕਟ ਲੈਵਲ 'ਤੇ ਜਿਹੜੇ ਬੱਚੇ ਟੋਪਰ ਰਹੇ ਨੇ ਕਲਚਰ ਐਕਟੀਵਿਟੀ 'ਚ, ਉਹਨਾਂ ਬੱਚਿਆਂ ਨੂੰ ਅੱਜ ਪ੍ਰਾਈਜ਼ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ। ਸੋ ਮੈਂ ਸਮਝਦਾ ਟੀਚਰਾਂ ਨੇ ਬਹੁਤ ਮਿਹਨਤ ਕਰਾਈ ਆ ਬੱਚਿਆਂ ਨੂੰ, ਖਾਸ ਕਰਕੇ ਜਿਹੜਾ ਸਾਡਾ ਮਾਰ ਰੋਡ ਦਾ ਸਕੂਲ ਆ। ਸੋ ਇਹ ਸਕੂਲ ਜਿਹੜਾ ਸਾਡੇ ਸ਼ਹਿਰ ਦਾ ਇੱਕ ਲੀਡਿੰਗ ਸਕੂਲ ਆ, ਗੌਰਮੈਂਟ ਸਕੂਲ ਜਿਹੜਾ। ਸੋ ਮੈਂ ਮੈਡਮ ਪ੍ਰਿੰਸੀਪਲ ਨੂੰ ਪੁੱਛ ਰਿਹਾ ਸੀ ਵੀ ਕਿੰਨੀ ਸਟਰੈਂਥ ਆ ਬੱਚਿਆਂ ਦੀ, 2000 ਦੇ ਕਰੀਬ ਇੱਥੇ ਸਾਡੇ ਬੱਚੇ ਜਿਹੜੇ ਨੇ ਇੱਥੋਂ ਐਜੂਕੇਸ਼ਨ ਲੈ ਰਹੇ ਨੇ। ਸੋ ਅੱਜ ਲੋੜ ਆ ਸਮਾਜ 'ਚ ਕੁਆਲਿਟੀ ਐਜੂਕੇਸ਼ਨ ਦੀ। ਕੁਆਲਿਟੀ ਐਜੂਕੇਸ਼ਨ ਬੱਚਿਆਂ ਨੂੰ ਤਾਂ ਹੀ ਮਿਲ ਸਕਦੀ ਹੈ ਜੇ ਸਕੂਲ ਸਾਡੇ ਠੀਕ ਹੋਣ, ਸਟਾਫ ਜਿਹੜਾ ਮਿਹਨਤੀ ਹੋਵੇ। ਸੋ ਮੈਂ ਵੇਖ ਰਿਹਾ ਇੱਥੇ ਸਟਾਫ ਦੀ ਵੀ ਕੋਈ ਕਮੀ ਨਹੀਂ, ਸਾਰਾ ਸਟਾਫ ਪੂਰਾ। ਜਿਸ ਤਰ੍ਹਾਂ ਸਕੂਲਾਂ 'ਚ ਕਿਹਾ ਜਾ ਰਿਹਾ ਕਿ ਟੀਚਰਾਂ ਦੀ ਗਿਣਤੀ ਬਹੁਤ ਘੱਟ ਆ ਸਕੂਲਾਂ 'ਚ, ਇੱਥੇ 107 ਦੇ ਕਰੀਬ ਟੀਚਰ ਜਿਹੜੇ ਨੇ ਉਹ ਇੱਥੇ ਐਜੂਕੇਸ਼ਨ ਬੱਚਿਆਂ ਨੂੰ ਦੇ ਰਹੇ ਨੇ। ਸੋ ਹੁਣ ਖਾਸ ਕਰਕੇ ਸਾਡੇ CM ਸਾਹਿਬ ਜਿਨ੍ਹਾਂ ਦਾ ਧਿਆਨ ਹੀ ਐਜੂਕੇਸ਼ਨ ਅਤੇ ਖਾਸ ਕਰਕੇ ਹੈਲਥ, ਦੋ ਡਿਪਾਰਟਮੈਂਟ ਜਿਹੜੇ ਨੇ ਉਹਨਾਂ ਨੂੰ ਮੇਨ ਫੋਕਸ ਜਿਹੜਾ ਕੀਤਾ ਗਿਆ। ਸੋ ਐਜੂਕੇਸ਼ਨ ਬਹੁਤ ਜ਼ਰੂਰੀ ਆ, ਹੈਲਥ ਬਹੁਤ ਜ਼ਰੂਰੀ ਆ ਬੱਚਿਆਂ ਦੀ। ਸੋ ਇਹਦੇ ਵਾਸਤੇ ਸਰਕਾਰ ਸੋਚ ਰਹੀ ਹੈ, ਅਸੀਂ ਕਿਸੇ ਲੈਵਲ ਦੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਸਕੂਲਾਂ 'ਚ ਰਹਿਣ ਨਹੀਂ ਦੇਣੀ। ਸੋ ਅਸੀਂ ਆਲਰੇਡੀ ਮਨ ਬਣਾ ਲਿਆ ਜਦੋਂ ਦਾ ਮੈਂ ਚਾਰਜ ਲਿਆ। ਸੋ ਮੈਂ ਵੇਖ ਰਿਹਾ, ਮੈਂ ਸਾਰੀ ਸਟੱਡੀ ਕੀਤੀ ਆ। ਸੋ ਬਹੁਤ ਕੁਝ ਹੋਣ ਵਾਲਾ, ਬਹੁਤ ਕੁਝ ਹੋਣ ਵਾਲਾ, ਇਹ ਨਹੀਂ ਵੀ ਸਾਰਾ ਸਿਸਟਮ ਠੀਕ ਹੈ। ਸਾਨੂੰ ਸਿਸਟਮ ਨੂੰ ਠੀਕ ਕਰਨ ਦੀ ਬਹੁਤ ਵੱਡੀ ਲੋੜ ਆ, ਅਸੀਂ ਉਸ ਸਿਸਟਮ ਨੂੰ ਠੀਕ ਕਰ ਰਹੇ ਹਾਂ। ਜਲਦੀ ਐਜੂਕੇਸ਼ਨ ਦਾ ਜਿਹੜਾ ਪੰਜਾਬ ਦਾ ਸਿਸਟਮ ਠੀਕ ਕਰਕੇ, ਸੋ ਸਾਡੇ ਟੀਚਰ ਸਾਹਿਬਾਨ ਜਿਹੜੇ ਨੇ ਜਿਨ੍ਹਾਂ ਦੇ ਬੜਾ ਵੱਡਾ ਭਾਰ ਆ, ਸੋ ਕਿੰਨੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਇਹਨਾਂ ਟੀਚਰਾਂ 'ਤੇ ਡਿਪੈਂਡ ਕਰਦਾ। ਸੋ ਮੈਂ ਇਹਨਾਂ ਨੂੰ ਇੱਕੋ ਹੀ ਰਿਕੁਐਸਟ ਕਰਦਾ ਜਿੱਥੇ ਜਾਣਾ ਕਿ ਅਸੀਂ ਬੱਚਿਆਂ ਲਈ ਇਹਨਾਂ ਨੂੰ ਆਪਣੇ ਬੱਚੇ ਸਮਝ ਕੇ, ਜਿਸ ਤਰ੍ਹਾਂ ਟੀਚਰ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਅਤੇ ਗੁਰੂ ਦਾ ਵੀ ਫਰਜ਼ ਬਣਦਾ ਕਿ ਆਪਣੇ ਬੱਚਿਆਂ ਲਈ ਸਾਰੇ ਬੱਚਿਆਂ ਨੂੰ ਟੀਚਰਸ ਵੱਲ ਆਪਣੇ ਬੱਚੇ ਸਮਝ ਕੇ ਮਿਹਨਤ ਕਰਾਉਣ। ਸੋ ਮੈਨੂੰ ਪੂਰੀ ਆਸ ਆ ਕਿ ਜਿਸ ਤਰ੍ਹਾਂ ਹੁਣ ਸਿਸਟਮ ਸਾਡਾ ਹੌਲੀ ਹੌਲੀ ਠੀਕ ਹੋ ਰਿਹਾ, ਆਉਣ ਵਾਲੇ 2-3 ਮਹੀਨਿਆਂ 'ਚ ਬਿਲਕੁਲ ਸਾਡਾ ਸਿਸਟਮ ਠੀਕ ਹੋ ਜਾਵੇਗਾ ਅਤੇ ਪੰਜਾਬ ਦੀ ਜਿਹੜੇ ਰਿਜ਼ਲਟ ਐਰਕਾ ਮਾੜੇ ਆਏ, ਅਗਲੀ ਵਾਰ 100% ਦੇ ਕਰੀਬ ਅਸੀਂ ਰਿਜ਼ਲਟ ਲੈ ਕੇ ਆਵਾਂਗੇ।